ਤੁਹਾਨੂੰ ਕੀ ਲੱਗਦਾ ਹੈ ਕਿ ਪੰਜਾਬ ਦੇ ਕਿਸਾਨ ਨੂੰ ਕਾਮਯਾਬ ਕਿਵੇਂ ਕੀਤਾ ਜਾ ਸਕਦਾ? ਜ਼ਿਮੀਦਾਰ ਬਹੁਤ ਮਤਲਬ ਦੁੱਧ ਤੇ ਪੁੱਤ ਚ ਵਿਸ਼ਵਾਸ ਕਰਦਾ ਸੀ, ਉਹ ਪੰਜਾਬ ਸੀ ਸਾਡਾ। ਮੈਂ ਨਾ ਪ੍ਰੈਕਟੀਕਲੀ ਤੁਹਾਡੇ ਨਾਲ ਤਾਂ ਗੱਲ ਕਰ, ਤੁਸੀਂ ਪ੍ਰੈਕਟੀਕਲੀ ਚੱਲਦੇ ਹੋ, ਮੀਟਿੰਗ ਦੇ ਵਿੱਚ ਟੈਕਨੀਕਲ ਗੱਲਾਂ ਵੀ ਹੋਈਆਂ ਹੋਣਗੀਆਂ, ਪਰ ਤੁਸੀਂ ਪ੍ਰੈਕਟੀਕਲੀ ਗੱਲ ਕਰਦੇ ਹੋ। ਮੈਨੂੰ ਪਤਾ ਲੱਗਾ ਕਿ ਬਾਦਲ ਸਾਹਿਬ ਨੇ ਇੱਕ ਬੜੀ ਚੰਗੀ ਗੱਲ ਕੀਤੀ ਸੀ ਕਿ ਆਪਣੇ ਜ਼ਮਾਨੇ ਦੇ ਵਿੱਚ ਉਹਨਾਂ ਨੇ ਬ੍ਰਾਜ਼ਿਲ ਤੋਂ ਗਿਰ ਗਾਵਾਂ ਦੇ ਸੀਮਨ ਮੰਗਾਏ। ਕਿ ਹੁਣ ਅਸੀਂ ਕਿਸਾਨ ਨੂੰ ਕਿਉਂ ਨਹੀਂ ਘੱਟੋ ਘੱਟ ਇੱਕ ਇੱਕ ਦੋ ਦੋ, ਚਲੋ ਡੇਅਰੀ ਫਾਰਮ ਤਾਂ ਵੱਡੇ ਖੁੱਲ੍ਹ ਕੇ ਮੰਨਿਆ, ਕਿਸਾਨ ਦੇ ਘਰੇ ਇੱਕ ਇੱਕ ਦੋ ਦੋ ਗਾਈਆਂ ਜਾਂ ਇੱਕ ਇੱਕ ਦੋ ਦੋ ਮੱਝਾਂ, ਉਹ ਗਾਇਬ ਕਿਉਂ ਹੋ ਗਈਆਂ? ਹਰਿਆਣੇ ਨੂੰ ਫਿਰ ਅਸੀਂ ਅੱਗੇ ਹਾਂ ਅਤੇ ਪੰਜਾਬ ਮੱਝਾਂ ਹਰਿਆਣੇ ਤੋਂ ਕਿਉਂ ਖਰੀਦ ਕੇ ਲੈ ਕੇ ਆਉਂਦਾ? ਪੰਜਾਬ 'ਚ ਮੱਝਾਂ ਦੇ ਸੀਮਨ ਹਰਿਆਣੇ ਤੋਂ ਕਿਉਂ ਆਉਂਦੇ ਆ? ਸਾਡੇ ਜ਼ਿਮੀਦਾਰ ਕਿਉਂ ਨਹੀਂ ਕਰ ਪਾਉਂਦੇ? ਉਹ ਜੇ ਕਿਤੇ 60 ਲੀਟਰ ਵਾਲੀ ਗਾਂ ਦੇ ਲੱਗ ਜਾਵੇ, ਉਹ ਲਾਉਣਗੇ ਇਸ ਸਾਲ, ਉਹਨਾਂ ਨੇ ਲਾਇਆ ਕੱਲ੍ਹ ਪਰਸੋਂ ਹੀ, ਔਰ ਇਸ ਗਾਂ ਇਹ ਗਾਂ ਵੀ ਫਿਰ ਔਰ ਉਹ ਫਿਰ 50-60 ਕਿਲੋ ਵਾਲੀ ਗਾਂ 50-60 ਕਿਲੋ ਤੋਂ ਚਾਲੂ ਹੋਏਗੀ। ਪੰਜਾਬ ਨੂੰ ਕਾਮਯਾਬ ਕਿੱਦਾਂ ਕਰਨਾ, ਪੰਜਾਬ ਨੂੰ ਤਰੱਕੀ ਦੇ ਰਾਹ 'ਤੇ ਕਿਵੇਂ ਲੈ ਕੇ ਜਾਣਾ, ਮਤਲਬ ਕਿ ਪੰਜਾਬ ਦੇ ਕਿਸਾਨ ਨੂੰ ਕਿਵੇਂ ਕਾਮਯਾਬ ਕਰਨਾ, ਕਿਵੇਂ ਕਿਸਾਨ ਦੀ ਆਮਦਨ ਨੂੰ ਵਧਾਉਣਾ ਅਤੇ ਕਿਵੇਂ ਕਿਸਾਨ ਦੇ ਖੇਤੀ ਧੰਦੇ ਨੂੰ ਲਾਹੇਵੰਦ ਬਣਾਉਣਾ? ਕਿਉਂਕਿ ਜੇ ਪੰਜਾਬ ਦੀ ਗੱਲ ਕਰਨੀ ਹੈ ਤਾਂ ਪੰਜਾਬ ਨੂੰ ਤੁਸੀਂ ਕਿਸਾਨ ਤੋਂ ਵੱਖ ਕਰਕੇ ਨਹੀਂ ਦੇਖ ਸਕਦੇ, ਕਿਉਂਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ। ਇਸੇ ਮਸਲੇ ਨੂੰ ਲੈ ਕੇ ਇੱਕ ਬੜੀ ਮਹੱਤਵਪੂਰਨ ਮੀਟਿੰਗ ਹੈ ਜਿਹੜੀ ਉਹ ਅੱਜ ਹੋਈ ਹੈ, ਉਸ ਮੀਟਿੰਗ ਦਾ ਹਿੱਸਾ ਸੀ ਰਾਣਾ ਗੁਰਜੀਤ ਸਿੰਘ। ਰਾਣਾ ਗੁਰਜੀਤ ਸਿੰਘ ਹੋਰਾਂ ਦੇ ਕੋਲ ਅਸੀਂ ਇਸ ਲਈ ਹਾਂ ਕਿਉਂਕਿ ਇਹ ਇੱਕ ਐਸੇ ਕਿਸਾਨ ਨੇ ਜਿਹੜੇ ਖੁਦ ਕੰਮ ਕਰਦੇ ਨੇ, ਬੇਸ਼ੱਕ ਰਾਜਨੀਤੀ ਦੇ ਵਿੱਚ ਨੇ, ਪਰ ਅੱਜ ਸਾਡੇ ਨਾਲ ਇੱਕ ਅਗਾਂਹ ਵਧੂ ਕਿਸਾਨ ਦੇ ਤੌਰ 'ਤੇ ਖੜੇ ਨੇ। ਪਸ਼ੂ ਪਾਲਣ ਦੇ ਵਿੱਚ ਵੀ ਤੁਸੀਂ ਲਗਾਤਾਰ ਕੰਮ ਕਰ ਰਹੇ ਹੋ। ਜਿਹੜੀ ਅੱਜ ਮੀਟਿੰਗ ਹੋਈ ਆ, ਇਸ ਮੀਟਿੰਗ ਦੇ ਵਿੱਚ ਤੁਹਾਨੂੰ ਕੀ ਐਸਾ ਲੱਗਿਆ, ਤੁਹਾਨੂੰ ਕੀ ਲੱਗਦਾ ਹੈ ਕਿ ਪੰਜਾਬ ਦੇ ਕਿਸਾਨ ਨੂੰ ਕਾਮਯਾਬ ਕਿਵੇਂ ਕੀਤਾ ਜਾ ਸਕਦਾ, ਕਿ ਪਸ਼ੂ ਪਾਲਣ ਇੱਕ ਐਸਾ ਰਸਤਾ ਹੈ ਜਿਹਦੇ ਨਾਲ ਪੰਜਾਬ ਦੇ ਕਿਸਾਨ ਨੂੰ ਤਰੱਕੀ ਦੀਆਂ ਲੀਹਾਂ 'ਤੇ ਚੜ੍ਹਾਇਆ ਜਾ ਸਕਦਾ? ਅੱਜ ਦੀ ਜਿਹੜੀ ਮੀਟਿੰਗ ਆ ਉਹ ਸਪੀਕਰ ਸਾਹਿਬ ਨੇ ਸੱਦੀ ਸੀ, ਔਰ ਉਹਨਾਂ ਨੇ ਸੈਕਟਰੀ ਐਨੀਮਲ ਹਸਬੈਂਡਰੀ, ਵਾਈਸ ਚਾਂਸਲਰ ਗੜਵਾਸੂ ਐਨੀਮਲ ਹਸਬੈਂਡਰੀ, ਔਰ ਕੁਛ MLA ਸੀਗੇ। ਮੈਂ ਤਾਂ ਭਰਾਵਾ ਕਹਿ ਕੇ ਗਿਆ ਕਿ ਮੈਨੂੰ ਤਾਂ ਤੁਸੀਂ ਸੱਦਿਆ ਨਹੀਂ, ਕਹਿੰਦੇ ਆ ਜਾ, ਅਤੇ ਮੈਂ ਚਲੇ ਗਿਆ। ਅਤੇ ਉੱਥੇ ਖੈਰ ਡਿਸਕਸ਼ਨ ਬੜੀ ਯੂਸਫੁਲ ਸੀ, ਔਰ ਪ੍ਰੈਜੈਂਟੇਸ਼ਨ ਡਾਕਟਰ ਇੰਦਰਜੀਤ ਸਿੰਘ ਵਾਈਸ ਚਾਂਸਲਰ ਨੇ ਗੜਵਾਸੂ ਦੇ, ਉਹਨਾਂ ਨੇ ਪੰਜਾਬ ਅੱਜ ਤੋਂ 10 ਸਾਲ ਪਹਿਲਾਂ ਕੀ ਸੀ, ਹੁਣ ਕੀ ਆ, ਪੂਰਾ ਚਾਰਟ ਉਹਨਾਂ ਨੇ ਦਿੱਤਾ। ਔਰ ਤਾਜਬ ਦੀ ਗੱਲ ਹੈ ਕਿ ਰੇਗਿਸਤਾਨ ਹੈ ਰਾਜਸਥਾਨ, ਰੇਗਿਸਤਾਨੀ ਹੈ ਨਾ, ਅਤੇ ਪਹਿਲੇ ਨੰਬਰ 'ਤੇ UP ਸੀ ਮਿਲਕ ਪ੍ਰੋਡਕਸ਼ਨ 'ਚ, ਦੂਜੇ ਨੰਬਰ 'ਤੇ ਪੰਜਾਬ ਸੀ, ਤੀਜੇ ਨੰਬਰ 'ਤੇ ਰਾਜਸਥਾਨ ਸੀ। ਅੱਜ ਰਾਜਸਥਾਨ ਦੂਜੇ ਨੰਬਰ 'ਤੇ ਸੀ, ਤੀਜੇ ਨੰਬਰ 'ਤੇ ਹੋ ਗਏ। ਉਹਦੇ 'ਚ ਗੱਲਾਂ ਔਰ ਕਮੀਆਂ ਕਈ ਨੇ, ਔਰ ਜਿੱਥੇ ਤਾਈਂ ਮੈਂ ਉਹਨਾਂ ਨੇ ਵੀ ਆਪਣੀਆਂ ਗੱਲਾਂ ਕੀਤੀਆਂ। ਹੁਣ ਗੱਲ ਹੈ ਕਿ ਵੀ ਜਿਹੜੀ ਖੇਤੀਬਾੜੀ ਆ, ਇੱਕ ਤਾਂ ਡਿਵੀਜ਼ਨ ਆਫ ਲੈਂਡ ਕਰਕੇ ਫੀਸੀਬਿਲਟੀ ਘੱਟਦੀ ਜਾਂਦੀ ਆ, ਆਮਦਨ ਘੱਟ ਦਿਸਦੀ ਆ, ਕਿਉਂਕਿ ਖਰਚੇ ਬੜੇ ਨੇ। ਖਰਚੇ ਜੇ ਆਪਾਂ ਗੱਲ ਕਰੀਏ ਕਿ ਇੰਪਲੀਮੈਂਟ, ਟਰੈਕਟਰ, ਹੋਰ ਹਰ ਸੰਦ ਜ਼ਿਮੀਦਾਰ ਰੱਖਣਾ ਪੈਂਦਾ, ਖੇਤੀ ਜਿਹਦੀ ਛੋਟੀ ਉਹਦੇ ਲਈ ਔਖਾ ਬੜਾ। ਔਰ ਸਦੀਆਂ ਤੋਂ ਪੈਰਲਲ ਇਕੋਨਮੀ ਜਿਹੜੀ ਆ ਉਹ ਡੇਅਰੀ ਸੀ,
ਜ਼ਿਮੀਂਦਾਰ ਬਹੁਤ ਮਤਲਬ ਦੁੱਧ ਅਤੇ ਪੁੱਤ 'ਚ ਵਿਸ਼ਵਾਸ ਕਰਦਾ ਸੀ, ਉਹ ਪੰਜਾਬ ਸੀ ਸਾਡਾ। ਹੁਣ ਬਦਕਿਸਮਤੀ ਇਹ ਹੋ ਰਹੀ ਹੈ ਕਿ ਜਿੱਥੇ ਜਿਣਸਾਂ, ਚਾਹੇ ਉਹ ਤਿਲਣ ਹੋਵੇ, ਉਹ ਵੀ ਇਹਦੀ ਫੀਡ ਡੰਗਰਾਂ ਦੀ ਉਹ ਮਹਿੰਗੀ ਹੋ ਗਈ, ਔਰ ਦੁੱਧ ਦੇ ਭਾਅ ਉਸ ਹਿਸਾਬ ਨਾਲ ਨਹੀਂ ਵੱਧ ਰਹੇ। ਅਸੀਂ ਮੈਂਟਲ ਬੈਰੀਅਰ ਇੱਕ ਸਾਡੇ ਲੋਕਾਂ ਦੇ ਦਿਮਾਗ 'ਚ ਹਿੰਦੁਸਤਾਨ 'ਚ, ਯਾਰ ਦੁੱਧ ਮਹਿੰਗਾ, ਯਾਰ ਦੁੱਧ ਮਹਿੰਗਾ ਜਾਂ ਸਸਤਾ ਇਹ ਸੈਕੰਡਰੀ ਚੀਜ਼ ਆ, ਦੁੱਧ ਅਸਲੀ ਹੋਣਾ ਪ੍ਰਾਇਮਰੀ ਫੋਕਸ ਹੋਣਾ ਚਾਹੀਦਾ ਸਾਡਾ। ਅੱਜ ਨਕਲੀ ਦੁੱਧ ਮਾਤਰਾ ਕੋਈ ਦੱਸ ਨਹੀਂ ਸਕਦਾ ਕਿੰਨੀ ਆ, ਕੋਈ ਕਹਿੰਦਾ 20% ਆ, ਕੋਈ ਕਹਿੰਦਾ 25% ਆ, ਲੇਕਿਨ ਨਕਲੀ ਦੁੱਧ ਡੇਅਰੀ ਫਾਰਮ ਨੂੰ ਮਾਰ ਰਿਹਾ। ਪਰ ਰਾਣਾ ਜੀ ਇੱਕ ਚੀਜ਼ ਮੈਂ ਨਾ ਪ੍ਰੈਕਟੀਕਲੀ ਤੁਹਾਡੇ ਨਾਲ ਤਾਂ ਗੱਲ ਕਰ, ਤੁਸੀਂ ਪ੍ਰੈਕਟੀਕਲੀ ਚੱਲਦੇ ਹੋ, ਮੀਟਿੰਗ ਦੇ ਵਿੱਚ ਟੈਕਨੀਕਲ ਗੱਲਾਂ ਵੀ ਹੋਈਆਂ ਹੋਣਗੀਆਂ ਪਰ ਤੁਸੀਂ ਪ੍ਰੈਕਟੀਕਲੀ ਗੱਲ ਕਰਦੇ ਹੋ। ਅਸੀਂ ਆਪ, ਸਾਡਾ ਪਿਛੋਕੜ ਪਿੰਡਾਂ ਦਾ, ਅਸੀਂ ਪਿੱਛੇ ਆਪਦੇ ਪਿੰਡ ਵਾਲੇ ਪਾਸੇ ਜਾ ਵੜ ਗਏ ਤਾਂ ਮੇਰੇ ਆਸ ਪਾਸ ਜਿੰਨੇ ਘਰ ਸੀ ਸਭ ਦੇ ਕਿਸੇ ਦੇ ਇੱਕ ਡੰਗਰ, ਕਿਸੇ ਦੇ ਦੋ, ਤਿੰਨ, ਸਭ ਦੇ ਹੋਇਆ ਕਰਦਾ ਸੀ, ਹੈ ਨਹੀਂ ਸੀ। ਤੇ ਜੇ ਉਹ ਸੀ, ਦੁੱਧ ਦੀ ਕੰਜ਼ਪਸ਼ਨ ਵੱਧ ਗਈ ਤੇ ਦੁੱਧ ਡੰਗਰ ਮੈਨੂੰ ਕਿਸੇ ਪਿਛਲੇ ਜੇ ਟਾਈਮ ਚ, ਮੈਂ ਇੱਕ ਵਾਰੀ ਮੈਨੂੰ ਮੌਕਾ ਮਿਲਿਆ ਸਰ ਰਿਸ਼ਤੇਦਾਰੀਆਂ ਚੱਕਰ ਮਾਰਨ ਦਾ, ਮੈਨੂੰ ਕਿਸੇ ਰਿਸ਼ਤੇਦਾਰ ਦੇ ਵੀ ਪਸ਼ੂ ਡੰਗਰ ਨਹੀਂ ਲੱਭਿਆ। ਦੁੱਧ ਸਾਰੇ ਕਹਿੰਦੇ ਵਧੀਆ ਲੈਣਾ ਪਰ ਉਹ ਡੰਗਰ ਕਿਧਰੇ ਲੱਭ ਨਹੀਂ ਰਹੇ, ਫਿਰ ਇਹ ਦੁੱਧ ਆ ਕਿਵੇਂ ਰਿਹਾ ਤੇ ਇਹਨੂੰ ਬੈਲੈਂਸ ਕਿਵੇਂ ਕੀਤਾ ਜਾਣਾ, ਕਿਵੇਂ ਪੰਜਾਬ ਦੇ ਕਿਸਾਨ ਨੂੰ ਇੱਧਰ ਫਿਰ ਤੋਂ ਜੋੜਨਾ, ਕੋਈ ਰਸਤਾ ਲੱਭਦਾ? ਬਿਲਕੁਲ, ਜਦ ਤਾਈਂ ਦੁੱਧ ਵੇਚ ਕੇ ਸਾਨੂੰ ਜੋ ਅਸਲ ਕੀਮਤ ਆ ਫੀਡ ਦੀ, ਡੰਗਰ ਦੀ, ਉਹ ਤੋਂ ਵੱਧ ਪੈਸੇ ਬਚਣਗੇ, ਅਸੀਂ ਬੀਜਾਂ ਪੈਦਾ ਕਰਾਂਗੇ। ਹੁਣ ਲੋੜ ਪਤਾ ਕੀ ਆ, ਦੇਖੋ HFI ਆ, ਬਾਹਰਲੀਆਂ ਗਾਈਆਂ ਜਿਹੜੀ ਅਮਰੀਕਨ ਗਾਈਆਂ ਕਹਿ ਦਿੰਦੇ ਆ, ਡੇਨਿਸ਼ ਗਾਈਆਂ ਆ ਗਈਆਂ, ਹੋਰ ਗਾਈਆਂ ਆ ਗਈਆਂ, ਹੈਂ ਜਰਸੀ ਆ ਗਈ, ਇਹਨਾਂ ਦੀ ਫੈਟ 3-3.5 ਤੋਂ 3.5 ਤਾਈਆਂ। ਹੁਣ ਲੇਟਲੀ ਮੈਨੂੰ ਪਤਾ ਲੱਗਾ ਕਿ ਬਾਦਲ ਸਾਹਿਬ ਨੇ ਇੱਕ ਬੜੀ ਚੰਗੀ ਗੱਲ ਕੀਤੀ ਸੀ ਕਿ ਆਪਣੇ ਜ਼ਮਾਨੇ ਦੇ ਵਿੱਚ ਉਹਨਾਂ ਨੇ ਬ੍ਰਾਜ਼ਿਲ ਤੋਂ ਗਿਰ ਗਾਵਾਂ ਦੇ ਸੀਮਨ ਮੰਗਵਾਏ, ਔਰ ਉਹ ਸੀਮਨ ਜਿਹੜੇ ਮੰਗਵਾਏ ਉਹ 4,000 ਸੀਗੇ, 6,000 ਸੀਗੇ, ਅਤੇ ਮੈਂ ਆਪਣੇ ਜਦੋਂ ਤੋਂ ਮੈਨੂੰ ਇਹ ਸ਼ੌਕ ਪਿਆ ਅਤੇ ਮੈਂ ਕਿਹਾ ਭਾਈ ਇਹਨਾਂ ਤੋਂ ਮਹਿਕਮੇ ਤੋਂ ਮੰਗੀਏ ਕਿ ਕਿਹੜੇ ਕਿਹੜੇ ਬੰਦੇ ਨੂੰ ਤੁਸੀਂ ਸੀਮਨ ਦਿੱਤਾ, ਉਹਨੇ ਬੱਛਾ ਦਿੱਤਾ, ਬੱਛੀ ਦਿੱਤੀ, ਹੁਣ 12 ਸਾਲ ਹੋ ਗਏ, 15 ਸਾਲ ਹੋ ਗਏ, ਉਹ ਬੱਛੀ ਹੁਣ ਮਰਨ ਕਿਨਾਰੇ ਹੋਊਗੀ ਗਾਂ ਬਣ ਕੇ, ਕਿਉਂਕਿ ਤੀਜੇ ਸਾਲ ਸੂ ਪੈਂਦੀ, ਦੂਜੇ ਸਾਲ ਗੱਭਣ ਹੋ ਜਾਂਦੀ ਆ, ਕਈ 18 ਮਹੀਨਿਆਂ 'ਚ ਗੱਭਣ ਹੋ ਜਾਂਦੀਆਂ ਜਿਹੜੀ ਵਿਲਾਇਤੀ ਗਾਈਆਂ, ਅਤੇ ਮੈਨੂੰ ਰਿਕਾਰਡ ਨਹੀਂ ਮਿਲਿਆ। ਅਸੀਂ ਨਤੀਜੇ 'ਤੇ ਨਹੀਂ ਪਹੁੰਚੇ ਕਿ ਵੀ ਇਹਦਾ ਗਿਰ ਦਾ ਅਸੀਂ ਟੀਕਾ ਗਿਰ 'ਚ ਲਾਈਏ, ਗਿਰ ਦਾ ਟੀਕਾ ਅਸੀਂ ਹੋਲਸਟਿਨ 'ਚ ਲਾਈਏ, ਕਿਉਂ? ਕਿਉਂਕਿ ਜਿਹੜਾ ਗਿਰ ਦੇ ਉੱਤੇ ਕੰਮ ਜੈਨੇਟਿਕ ਇੰਜੀਨੀਅਰਿੰਗ ਬ੍ਰਾਜ਼ਿਲ ਨੇ ਕੀਤੀ ਆ, ਗਿਰ ਗਾਈਆਂ ਦੀ ਯੀਲਡ ਬਹੁਤ ਆ। ਫਿਰ ਉਹਨਾਂ ਨੇ ਗਿਰ ਲੈਂਡੋ ਬਣਾਇਆ, ਉਹ ਗਿਰ ਲੈਂਡੋ ਕੀ ਆ? ਗਿਰ ਲੈਂਡੋ ਇਹ ਆ ਕਿ ਗਿਰ ਗਾਂ ਦਾ ਪਹਿਲਾਂ ਤਾਂ ਉਹਨੂੰ ਪੀਕ ਕੀਤਾ, ਉਹਦੇ ਅੱਛੇ ਬੁੱਲ ਪੈਦਾ ਕਰ ਲਏ ਜੈਨੇਟਿਕਲੀ ਇੰਜੀਨੀਅਰ ਕਰਕੇ, ਕਈ ਸਾਲ ਲੱਗੇ ਰਹੇ ਉਹ, ਫਿਰ ਉਹਨਾਂ ਨੂੰ ਉਹਨੂੰ HF ਦੇ ਨਾਲ ਕ੍ਰੋਸ ਕੀਤਾ। ਹੁਣ HF ਦੇ ਨਾਲ ਕ੍ਰੋਸ ਕਰਨਾ ਉਹਨੂੰ ਗਿਰ ਲੈਂਡੋ ਕਹਿੰਦੇ ਆ, ਅਤੇ ਗਿਰ ਦੇ ਜਿਹੜੇ ਟੀਕੇ ਸੀਗੇ, ਮੇਰਾ ਇੱਕ ਪ੍ਰੇਮੀ ਆ, ਬਹੁਤ ਭਗਤ ਹੈ, ਸੁਖੀਆ ਨੰਗਲ ਵਾਲਾ, ਮੈਂ ਉਹਨੂੰ ਬੁਲਾਇਆ, ਉਹਦਾ ਡੇਅਰੀ ਫਾਰਮ 150 ਗਾਂ, ਮੈਂ ਯਾਰ ਆਪਾਂ ਨਸਲ ਵੱਖਰੀ ਤਿਆਰ ਕਰਨੀ ਆ, ਆਹ ਟੀਕੇ ਮੈਂ ਕੁਛ ਅਰੇਂਜ ਕੀਤੇ ਆ, AI ਕਰਾਂਗੇ ਅਤੇ ਉਹ ਪੈਦਾ ਹੋਣੀ। ਉਹ ਡਰ ਗਿਆ, ਉਹ ਕਹਿੰਦਾ ਯਾਰ ਚੰਗੀਆਂ ਗਾਵਾਂ ਹੁਣ ਜ਼ਿਮੀਂਦਾਰ ਦੀਆਂ, ਮੈਂ ਕਹਾਂ 8-10 ਗਾਈਆਂ, ਤੂੰ ਯਾਰ ਮੇਰੇ ਕਰਕੇ ਆਹ ਟੀਕੇ ਲਾ ਦੇ। ਉਹ ਮੰਨਿਆ ਨਹੀਂ, ਉਹਨੇ 5 ਨੂੰ ਲਾਏ,
ਤੇ ਪੰਜਾਂ ਨੂੰ ਲਾਏ ਤੇ ਤਿੰਨ ਤਾਂ ਉਹਦੇ ਹੋ ਗਏ ਬੱਚੇ। ਉਹਨੇ ਡੇਢ ਡੇਢ ਦੋ ਦੋ ਲੱਖ ਦਾ ਬੱਚਾ ਵੇਚਿਆ, ਐਵੇਂ ਡੇਢ ਡੇਢ ਸਾਲ ਦਾ ਉਹ ਲੈ ਗਏ ਲੋਕ। ਔਰ ਇੱਕ ਉਹਦੀ ਵੱਛੀ ਨਿਕਲੀ, ਉਹ ਵੱਛੀ ਸੂ ਗਈ। ਉਹ ਜਦੋਂ ਸੂਈ ਵੱਛੀ ਤਾਂ ਉਸ ਵੱਛੀ ਨੇ ਆਪਣਾ ਦੁੱਧ ਦਿੱਤਾ 32 ਕਿਲੋ ਪੀਕ। ਲੇਕਿਨ ਖੂਬਸੂਰਤੀ ਕੀ ਹੈ, ਫੈਟ ਉਹਦੀ 5.2 ਔਰ ਐਚ ਐਫ ਦੀ ਫੈਟ ਹੁੰਦੀ ਹੈ 3.5-3.5 ਇਹਦੇ ਉੱਪਰ ਕਿਸੇ ਕਿਸੇ ਦੀ ਹੋਊਗੀ, ਲੇਕਿਨ ਇਨ ਜਨਰਲ 3.5 ਲਾ ਲਓ। ਫੈਟ ਵੱਧ ਗਈ ਤੇ ਸਿੱਧੇ ਰੁਪਈਏ ਵੱਧ ਗਏ, ਰੁਪਈਏ ਵੱਧ ਗਏ, ਮੱਝ ਵਰਗਾ ਦੁੱਧ ਹੋ ਗਿਆ। ਹੁਣ ਗੱਲ ਆ ਫੈਟ ਤੇ ਪੈਸਾ ਮਿਲਣਾ, ਔਰ ਚਲੋ ਫੈਟ ਤੇ ਪੈਸਾ ਮਿਲਣਾ, ਲੇਕਿਨ ਖੂਬਸੂਰਤੀ ਇਹ ਗਿਰ ਨਾਲ ਕ੍ਰੋਸ ਕਰਨ ਦੀ ਕਿਉਂ ਕਰਾਈ? ਇਸ ਕਰਕੇ ਕਿ ਐਚ ਐਫ ਤੀਜੇ ਸੂਏ ਉਹਨਾਂ ਨੂੰ ਮੈਸੇਟਾਈਟਿਸ ਹੋ ਜਾਂਦਾ, ਥਣ ਮਰ ਜਾਂਦੇ ਆ। ਮੈਸੇਟਾਈਟਿਸ ਤੇ ਬਾਅਦ ਚ ਆਵਾਂਗੇ। ਹੁਣ ਮੈਸੇਟਾਈਟਿਸ ਹੋ ਜਾਂਦਾ, ਥਣ ਮਰਦੇ ਆ, ਤਾਂ ਦੇਸੀ ਗਾਵਾਂ 'ਚ ਪ੍ਰੋਬਲਮ ਨਹੀਂ ਆ। ਗਿਰ ਦੇਸੀ ਗਾਂ ਆ, ਇੱਕ ਤਾਂ ਇਹ ਹੈਲਥ ਵਾਈਜ਼ ਐਚ ਐਫ ਨੂੰ ਬਿਮਾਰੀਆਂ ਦਵਾਈਆਂ ਦੇ ਖਰਚੇ ਕੱਟਣਗੇ। ਦੂਜੀ ਗੱਲ, ਦੁੱਧ ਉਹਨੇ ਉਹਦੀ ਮਾਂ 35 ਕਿਲੋ ਦਿੰਦੀ ਸੀ ਤੀਜੇ ਸੂਏ, ਉਹਨੇ ਪਹਿਲੇ ਸੂਏ 32 ਕਿਲੋ ਦਿੱਤਾ, ਦੁੱਧ ਵਧਿਆ, ਫੈਟ ਵਧੀ, ਇਕਨੋਮਿਕਸ ਹੋਣਾ ਦੁੱਧ ਦੀ ਪ੍ਰੋਡਕਸ਼ਨ ਤੇ ਫੈਟ ਦਿੱਤੇ ਆ ਡੇਅਰੀ ਫਾਰਮਰ ਦੀ। ਪਰ ਇਹਨਾਂ 'ਚ ਚੱਕਰ ਕੀ ਹੈ ਕਿ ਹੁਣ ਅਸੀਂ ਕਿਸਾਨ ਨੂੰ ਕਿਉਂ ਨਹੀਂ ਘੱਟੋ ਘੱਟ ਇੱਕ ਇੱਕ ਦੋ ਦੋ, ਚਲੋ ਡੇਅਰੀ ਫਾਰਮ ਤਾਂ ਵੱਡੇ ਖੁੱਲ੍ਹ ਕੇ ਮੰਨਿਆ, ਕਿਸਾਨ ਦੇ ਘਰੇ ਇੱਕ ਇੱਕ ਦੋ ਦੋ ਗਾਈਆਂ ਜਾਂ ਇੱਕ ਇੱਕ ਦੋ ਦੋ ਮੱਝਾਂ ਉਹ ਗਾਇਬ ਕਿਉਂ ਹੋ ਗਈਆਂ? ਕਿਸਾਨ ਦੇ ਐਸੇ ਹਾਲਾਤ ਕਿਉਂ ਪੈਦਾ ਹੋ ਗਏ ਤੇ ਸਾਡੇ 'ਚ ਕਿੱਥੇ ਕਮੀ ਆ ਸਾਡੇ ਸਿਸਟਮ 'ਚ ਕਿ ਕਿਸਾਨਾਂ ਨੂੰ ਅਸੀਂ ਉਹਦੇ ਨਾਲ ਜੋੜ ਨਹੀਂ ਪਾ ਰਹੇ? ਹਰੇਕ ਕਹਿੰਦਾ ਕਿ ਸਾਨੂੰ ਪਿਓਰ ਚਾਹੀਦਾ, ਵਧੀਆ ਚਾਹੀਦਾ, ਕੋਈ ਏਡਾ ਕੋਈ ਸ਼ਾਇਦ ਕੋਈ ਵੱਡਾ ਬੋਝ ਵੀ ਨਹੀਂ ਸੀ। ਇਹ ਕਲਚਰ ਸਾਡਾ ਕਿਉਂ ਚੇਂਜ ਹੋ ਰਿਹਾ, ਉਹਨੂੰ ਲੈ ਕੇ ਕੋਈ ਚਰਚਾ ਹੋਈ ਕਿ ਕਿਵੇਂ ਪ੍ਰੇਰਿਤ ਕੀਤਾ ਜਾਵੇ? ਕਿਉਂਕਿ ਸਭ ਤੋਂ ਪਹਿਲਾਂ ਤਾਂ ਪ੍ਰੇਰਨਾ ਜ਼ਰੂਰੀ ਹੈ, ਪ੍ਰੇਰੋਗੇ ਤਾਂ ਫਿਰ ਟੈਕਨੋਲੋਜੀਆਂ ਦਾ ਬਾਅਦ 'ਚ ਕੰਮ ਕਰਨੀ ਹੈ। ਦੇਖੋ ਗੱਲ ਆ ਕਿ ਅੱਜ ਬੱਚੇ ਖੇਤੀ ਵੀ ਆਪ ਨਹੀਂ ਕਰਨਾ ਚਾਹੁੰਦੇ, ਔਰ ਕੁਛ ਇਹੋ ਜਿਹਾ ਜਿਹੜਾ ਲੋਕਾਂ ਦੀ ਵੀ ਲੈ ਲੈ ਕੇ ਠੇਕੇ 'ਤੇ ਜ਼ਮੀਨ ਠੇਕੇ ਕਰ ਰਹੇ ਆ। ਸੋ ਸਾਨੂੰ ਇਹ ਦੇਖਣਾ ਪਊਗਾ ਕਿ ਜਿਹੜਾ ਵੈਸਟਰਨਾਈਜ਼ ਕਲਚਰ ਹੋ ਰਿਹਾ, ਲੋਕਾਂ ਕੋਈ ਚੱਕ ਕੇ ਰਾਜੀ ਨਹੀਂ, ਔਰ ਇੱਕ ਗਾਂ ਲਈ ਦੋ ਗਾਂ ਲਈ ਤੁਸੀਂ ਕਿੱਥੋਂ ਬੰਦੇ ਲਿਆਓਗੇ? ਜ਼ਿਮੀਂਦਾਰ ਨੂੰ ਆਪ ਕਰਨਾ ਚਾਹੁੰਦਾ, ਮੁੰਡੇ ਕਰਨਾ ਨਹੀਂ ਚਾਹੁੰਦੇ। ਖੈਰ ਇੱਕ ਵੱਖਰਾ ਵਿਸ਼ੇ ਆ, ਗੱਲ ਮਿਲਕ ਪ੍ਰੋਡਕਸ਼ਨ ਦੀ ਆ। ਡੇਅਰੀ ਫਾਰਮ ਲਾਰਜ ਸਕੇਲ ਦੇ ਹੋਣੇ ਚਾਹੀਦੇ ਆ, ਔਰ ਉਹਨਾਂ ਦੀ ਪ੍ਰੋਡਕਸ਼ਨ ਵੱਧ ਹੋਣੀ ਚਾਹੀਦੀ ਆ, ਫੈਟ ਵੱਧ ਹੋਵੇ, ਔਰ ਉਹਨਾਂ ਦੀਆਂ ਜਿਹੜੀਆਂ ਮਿਲਕ ਪ੍ਰੋਡਕਸ਼ਨ ਵਰਸਿਸ ਖਰਚਾ, ਇਹ ਸਾਰਾ ਉਹਨੂੰ ਕੀ ਭਾਅ ਪੈਂਦਾ, ਦੁੱਧ ਕੀ ਭਾਅ ਵਿਕਦਾ, ਦੁੱਧ ਮਹਿੰਗਾ ਵਿਕਣਾ ਚਾਹੀਦਾ, ਔਰ ਲੋਕਾਂ ਨੂੰ ਵੀ ਕਿਲੋ ਪੀਂਦੇ ਅੱਧਾ ਕਿਲੋ ਪੀ ਲੈਣ, ਜਿੰਨੇ ਨਕਲੀ ਦੁੱਧ ਕਹਿ ਲਓ ਜਾਂ ਮਿਲਾਵਟ ਵਾਲਾ ਦੁੱਧ ਕਹਿ ਲਓ, ਉਹ ਤੁਹਾਡੀ ਸਿਹਤ ਵੀ ਖਰਾਬ ਕਰਦਾ, ਐਸਿਡਿਟੀ ਵੀ ਹੁੰਦੀ ਆ। ਔਰ ਅੱਜ ਕਿਸੇ ਡਾਕਟਰ ਕੋਲ ਚਲੇ ਜਾਓ, ਪਹਿਲੀ ਗੱਲ ਤੁਸੀਂ ਕਹੋਗੇ ਜੀ ਮੇਰਾ ਪੇਟ ਖਰਾਬ ਆ, ਉਹ ਕਹੂਗਾ ਤੇਰੀ ਲਾਈਨਿੰਗ ਖਰਾਬ ਹੈ ਪੇਟ ਦੀ। ਜਿਸ ਚੀਜ਼ 'ਚ ਵਧੀਆ ਸਮਾਨ ਪੈਣਾ ਚਾਹੀਦਾ, ਅੱਛਾ ਆਹਾਰ ਪੈਣੇ ਚਾਹੀਦੇ ਆ, ਉਹ 'ਚ ਤੁਸੀਂ ਐਸਿਡ ਪਾਓਗੇ ਤਾਂ ਲਾਈਨਿੰਗ ਹੀ ਖਰਾਬ ਹੋਊਗੀ। ਕੁੱਲ ਮਿਲਾ ਕੇ ਜਿਵੇਂ ਜਵਾਕ ਨੂੰ ਸਕੂਲ ਭੇਜਣ ਵਾਸਤੇ ਕੋਈ ਲਾਲਚ ਦੇਣਾ ਪੈਂਦਾ ਵੀ ਤੈਨੂੰ ਚੋਕਲੇਟ ਮਿਲ ਜੂ, ਟੋਫੀ ਮਿਲ ਜੂ, ਆਹ ਚੀਜ਼ ਮਿਲ ਜੂ, ਤਾਂ ਇਹ ਕਿਸਾਨ ਨੂੰ ਵੀ ਉਹ ਲਾਲਚ ਕਿਤੇ ਨਾ ਕਿਤੇ ਦੇਣਾ ਪਊ ਵੀ ਤੂੰ ਜੇ ਗਾਂ ਰੱਖੇਗਾ, ਮੱਝ ਰੱਖੇਗਾ, ਤਾਂ ਤੇਰੀ ਆਮਦਨ ਵਧੂਗੀ, ਤੇਰੇ ਘਰੇ ਸਹੂਲਤ ਵੀ ਵਧੇਗੀ, ਤੈਨੂੰ ਜੇ ਕੋਈ ਨੁਕਸਾਨ ਹੁੰਦਾ ਤਾਂ ਉਹਦੇ ਲਈ ਵਿਭਾਗ ਭਰਪਾਈ ਵੀ ਕਰੇਗਾ। ਤਾਂ ਇਹ ਚੀਜ਼ਾਂ ਤੋਂ ਲੱਗਦਾ ਹੈ ਕਿ ਕੋਈ ਨਾ ਕੋਈ ਉਪਰਾਲਾ ਤਾਂ ਕਰਨਾ ਪਏਗਾ ਨਾ, ਹਿੰਮਤ ਮਾਰਨੀ ਪਏਗੀ। ਦੇਖੋ ਜਦੋਂ ਕਿਸੇ ਨੂੰ ਪਤਾ ਲੱਗੇ ਕਿ ਇਸ ਕੰਮ 'ਚ ਚਾਰ ਪੈਸੇ, ਹਰ ਬੰਦਾ ਕਰਨ ਨੂੰ ਤਿਆਰ ਹੋ ਜਾਂਦਾ। ਇਹ ਤਾਂ ਹੋ ਗਈ ਡੇਅਰੀ ਫਾਰਮਿੰਗ ਦੀ ਗੱਲ। ਡੇਅਰੀ ਫਾਰਮਿੰਗ ਫੀਡ ਕਿੱਦਾਂ ਦੀ ਪਾਉਂਦੇ ਹਾਂ,
ਇੱਕ ਬਿਮਾਰੀ ਹੁੰਦੀ ਐਫਲਾਟੋਕਸਿਨ, ਉਹ ਕੰਟੈਂਟਸ ਹੁੰਦੇ ਆ ਜ਼ਿਆਦਾ ਨਹੀਂ ਹੋਣੇ ਚਾਹੀਦੇ ਫੀਡ 'ਚ, ਹੁਣ ਉਹਦਾ ਵੀ ਲੋ ਬਣ ਰਿਹਾ, ਪਹਿਲਾਂ ਵੀ ਬਣਨ ਨੂੰ ਉਹਨਾਂ ਨੇ 20% ਕਹਿੰਦੇ ਸੀ, ਹੁਣ ਉਹ ਥੋੜ੍ਹੇ ਜਿਹੇ ਉਹਦੀ 50 ਕਰ ਦਿੱਤੀ ਆ, ਮੇਰੇ ਖਿਆਲ ਛੇਤੀ ਉਹ ਵੀ ਲਾਗੂ ਹੋ ਜਾਏਗੀ। ਫੀਡ ਫੈਕਟਰੀਆਂ 'ਤੇ ਵੀ ਲਾਗੂ ਹੋਣੀ ਚਾਹੀਦੀ ਆ, ਉਹਦੇ ਨਾਲ ਮੈਸੇਟਾਈਟਸ ਜਿਹੜੇ ਥਣ ਮਰਦੇ ਉਹ ਨਹੀਂ ਆਉਂਦੇ। ਇਸੇ ਤਰ੍ਹਾਂ ਜਿਹੜਾ ਸਾਡਾ ਸਾਇਲੇਜ ਆ ਉਹ ਵੀ ਉਹਦੇ ਅੰਡਰ ਆਉਣਾ ਚਾਹੀਦਾ, ਤਾਂ ਕਿ ਲੋਕ ਮੈਸੇਟਾਈਟਸ ਐਫਲਾਟੋਕਸਿਨ ਨਾ ਹੋਵੇ ਅਤੇ ਮੈਸੇਟਾਈਟਸ ਨਾ ਪੈਦਾ ਹੋਵੇ, ਬਿਮਾਰੀ ਨਾ ਪੈਦਾ ਹੋਵੇ, ਇਹ ਤਾਂ ਰੋਕਥਾਮ ਲੱਗੂਗੀ। ਇਹਦੇ ਇਲਾਵਾ ਗੱਲਾਂ ਉੱਥੇ ਬੜੀਆਂ ਹੋਈਆਂ, ਸੂਰ ਪਾਲਣ ਦੀ ਵੀ ਗੱਲ ਹੋਈ, ਔਰ ਮੈਂ ਸਮਝਦਾ ਸੂਰ ਪਾਲਣ ਇੱਕ ਬੜਾ ਲਾਹੇਵੰਦ ਕਿੱਤਾ। 180 ਰੁਪਈਏ ਪੰਜਾਬ 'ਚ ਵਿਕ ਜਾਂਦਾ, ਜੇ ਇਹਨੂੰ ਟਰਾਂਸਪੋਰਟ ਕਰਕੇ ਜਾ ਕੇ ਤੁਸੀਂ ਆਸਾਮ 'ਚ ਵੇਚੋ ਤਾਂ 225 ਰੁਪਈਏ ਭਾਅ ਆ। ਹੁਣ ਗੱਲ ਹੈ ਕਿ ਵੀ ਸੂਰ ਪਾਲ ਲੈ, ਸੂਰ ਪਾਲਣ ਦੀ ਟੈਕਨੋਲੋਜੀ, ਸੂਰ ਪਾਲਣ ਦੀ ਸਪੋਰਟ ਭਾਰਤ ਸਰਕਾਰ ਵੀ ਦੇ ਰਹੀ ਆ, ਲੇਕਿਨ ਸਮਾਂ ਉਹਦੀ ਅਦਰ ਅਸੀਂ ਲੋਕਾਂ ਨੂੰ ਕਨਵਿੰਸ ਨਹੀਂ ਕਰ ਪਾਏ। ਹੁਣ ਜਿਹੜੇ ਮਜ਼ਦੂਰ ਬੰਦੇ ਵੀ ਆ ਉਹ ਇਹ ਕਰ ਸਕਦੇ, ਭਾਰਤ ਸਰਕਾਰ ਦੀ ਸਕੀਮ ਆ, ਪ੍ਰਮੋਟ ਸਰਕਾਰ ਗੱਲ ਆਪ ਦੀ ਨਹੀਂ ਮੈਂ ਕਰ ਰਿਹਾ, ਕਿਸੇ ਦੀ ਵੀ ਹੋਵੇ, ਇਹ ਪ੍ਰਮੋਟ ਨਹੀਂ ਹੋ ਪਾਇਆ, ਇਹਨੂੰ ਕਰਨਾ ਚਾਹੀਦਾ। ਫਿਰ ਫਿਸ਼ਰੀ ਦੀ ਗੱਲ ਕਰ ਲਓ, ਸਾਡੇ ਜਿਹੜੇ ਉੱਧਰ ਨੇ ਆਪਣੇ ਮਾਲਵੇ ਦੇ ਇਲਾਕੇ, ਉਹਨਾਂ 'ਚ ਹੁਣ ਸਲਾਈਨ ਵਾਟਰ ਉੱਪਰ ਆ ਗਿਆ, ਉਹਨਾਂ ਦੇ ਵਿੱਚ ਜਿਹੜੀ ਸ਼ਰਿਮਸ ਦੀ ਕਲਟੀਵੇਸ਼ਨ ਆ ਇਹ ਬੜੀ ਲਾਹੇਮੰਦ ਆ, ਲੇਕਿਨ ਲੋਕਾਂ ਨੇ ਬੜੇ ਬੜੀ ਪ੍ਰੋਡਕਸ਼ਨ ਵੀ ਲਈ, ਲੇਕਿਨ ਫਿਰ ਵਿਚਾਰੇ ਠੱਗੇ ਠੱਗੇ ਜਿਹੇ ਮਹਿਸੂਸ ਹੋਏ, ਕਾਰਨ ਵਪਾਰੀ ਨਹੀਂ ਆਇਆ ਕਦੇ, ਕੋਵਿਡ ਦੌਰਾਨ ਬੜੇ ਨੁਕਸਾਨ ਹੋਏ, ਅਤੇ ਹੁਣ ਸਾਨੂੰ ਉਹਦਾ ਜਿਹੜਾ ਜਦ ਤਾਈਂ ਚਾਹੇ ਸੂਰ ਪਾਲਣਾ ਆ, ਚਾਹੇ ਅਸੀਂ ਮੱਛੀਆਂ ਦੀ ਅਤੇ ਸ਼ਰਿਮਸ ਦੀ ਗੱਲ ਕਰਦੇ ਹਾਂ, ਲਾਹੇਮੰਦ ਆ, ਬਟ ਉਹਦੇ ਲਈ ਕੋਲਡ ਚੇਨ ਅਤੇ ਪ੍ਰੋਸੈਸਿੰਗ ਜਦ ਤਾਈਂ ਪੂਰੀ ਮੁਕੰਮਲ ਨਹੀਂ ਹੋਏਗੀ ਇਹ ਕਿਤੇ 'ਚ ਅਸੀਂ ਕਾਮਯਾਬ ਨਹੀਂ ਹੋ ਸਕਦੇ। ਰਾਣਾ ਜੀ, ਹਰੇਕ ਕਿਸਾਨ ਸੋਚਦਾ ਹੋਊਗਾ ਵੀ ਰਾਣਾ ਗੁਰਜੀਤ ਖੁਦ ਨੂੰ ਇੱਕ ਕਿਸਾਨ ਕਹਿੰਦੇ ਆ, ਤੇ ਟੋਹ ਟੱਪਾ ਵੇਖ ਕੇ ਹਰੇਕ ਕਿਸਾਨ ਦਾ ਲੱਗਦਾ ਵੀ ਯਾਰ ਮੇਰੇ ਕੋਲੇ ਵੀ 4 ਰੁਪਈਏ ਹੋ ਜਾਣ, ਮੈਂ ਵੀ ਕਾਮਯਾਬ ਹੋ ਜਾਂ। ਤੁਸੀਂ ਬੇਸ਼ੱਕ ਤੁਹਾਡਾ ਅਗਰ ਪਿਛੋਕੜ ਚਲੇ ਜਾਈਏ ਤਾਂ ਕਿਸਾਨੀ ਪਿਛੋਕੜ ਤੋਂ ਸ਼ੁਰੂ ਹੋਏ, ਕਾਰੋਬਾਰ 'ਚ ਆ ਗਏ, ਤੁਸੀਂ ਉਸ ਕਿਸਾਨੀ ਨੂੰ ਕਾਰੋਬਾਰ ਦੇ ਨਾਲ ਜੋੜ ਲਿਆ, ਔਰ ਸ਼ਾਇਦ ਤੁਹਾਡੀ ਕਿਸਾਨੀ ਵੀ ਤਾਂ ਜ਼ਿਆਦਾ ਕਾਮਯਾਬ ਹੋਈ, ਤੁਹਾਡੀਆਂ ਆਪਦੀਆਂ ਫੈਕਟਰੀਆਂ ਹੋ ਗਈਆਂ, ਤੁਹਾਡਾ ਆਪਦਾ ਰਾ ਮਟੀਰੀਅਲ ਉਸ ਦਿਨ ਤੁਸੀਂ ਆਪਦੀਆਂ ਫੈਕਟਰੀਆਂ ਦੇ ਵਿੱਚ ਲੈ ਕੇ ਗਏ, ਤਾਂ ਇੱਕ ਕਿਸਾਨ ਨੇ ਜੇ ਖੇਤੀ ਵਾਲਾ ਕਿਸਾਨ ਹੈ ਤਾਂ ਉਹ ਤੁਹਾਨੂੰ ਲੱਗਦਾ ਹੈ ਕਿ ਜੇ ਨਾਲ ਪਸ਼ੂ ਜਾਂ ਸੂਰ ਜਾਂ ਮੱਛੀ ਫਾਰਮ ਜਾਂ ਆਪਣਾ ਗੋਟ ਫਾਰਮ ਬੱਕਰੀਆਂ ਵਾਲਾ, ਉਹ ਇਹਨਾਂ ਚੀਜ਼ਾਂ ਨੂੰ ਅਗਰ ਨਾਲ ਅਟੈਚ ਕਰ ਲੈਂਦਾ ਤਾਂ ਉਹਦੇ ਕਰਮਾਂ ਦੇ ਵਿੱਚ ਵੀ ਚਾਹੇ ਹੌਲੀ ਹੌਲੀ ਕਰਕੇ ਸਹੀ ਇਹ ਤੁਹਾਡੇ ਵਾਂਗੂ ਸੂਟ ਬੂਟ ਜਿਹੜਾ ਹੈਗਾ ਟੋਹ ਟੱਪਾ ਆ ਸਕਦਾ। ਬੜਾ ਦੇਸੀ ਤਰੀਕੇ ਮੈਂ ਕਿਸਾਨਾਂ ਤੱਕ ਸੁਨੇਹਾ ਦੇਣਾ ਚਾਹੁੰਦਾ। ਦੇਖੋ ਜੀ, ਮੈਂ ਜਦੋਂ ਖੇਤੀ ਕਰਦਾ ਸੀ ਨਾ, ਪਹਿਲਾਂ ਤਾਂ ਅਸੀਂ ਸਾਦੀ ਖੇਤੀ, ਅਨਾਜ ਪੈਦਾ ਕੀਤਾ ਅਤੇ ਵੇਚ ਦਿੱਤਾ, ਚਾਹੇ ਦਲਹਨ ਹੋਵੇ, ਤਿਲਨ ਹੋਵੇ, ਕਣਕ ਹੋਵੇ, ਮੱਕੀ ਹੋਵੇ, ਇਹ ਸਾਰੀਆਂ ਚੀਜ਼ਾਂ। ਫਿਰ ਅਸੀਂ ਸੀਡ ਪ੍ਰੋਡਕਸ਼ਨ 'ਚ ਪਏ ਅਤੇ ਜਿੰਨਾ ਪੈਦਾ ਕਰੀਦਾ ਸੀ ਸੀਡ ਪੈਦਾ ਕਰੀਦਾ ਸੀ, ਉਹ ਮੇਰੀਆਂ ਫੈਕਟਰੀਆਂ 'ਚ ਨਹੀਂ ਆਇਆ। ਹੁਣ ਜਦ ਫੈਕਟਰੀਆਂ ਲਾਈਆਂ ਤਾਂ ਇਹ ਫੈਕਟਰੀਆਂ ਸਾਡੀਆਂ ਗੰਨੇ ਦੀਆਂ, ਗੰਨਾ ਕਿਸਾਨ ਦਾ, ਉਹਨੂੰ ਪੂਰਾ ਸਪੋਰਟ ਕਰੀਦਾ ਕਿ ਗੰਨੇ ਦਾ ਬੀਜ ਤੋਂ ਲੈ ਕੇ ਖਾਦ ਤੋਂ ਲੈ ਕੇ ਦਵਾਈਆਂ ਤੋਂ ਲੈ ਕੇ ਕਲਟੀਵੇਸ਼ਨ ਦੀਆਂ ਪ੍ਰੈਕਟਿਸਿਸ, ਅਤੇ ਉਹਨੂੰ ਹਰ ਸਹੂਲਤ ਦੇਣ ਦੀ ਕੋਸ਼ਿਸ਼ ਕਰੀਦੀ ਆ। ਲੇਕਿਨ ਗੱਲ ਕਰ ਰਹੇ ਸੀ ਅਸੀਂ ਆਮ ਕਿਸਾਨ ਦੀ, ਆਮ ਕਿਸਾਨ ਦੇ ਕੋਲ ਸਾਧਨ ਥੋੜ੍ਹੇ ਹੁੰਦੇ ਆ, ਔਰ ਉਹਨਾਂ ਥੋੜ੍ਹੇ ਸਾਧਨਾਂ 'ਚ ਉਹਨੇ ਆਮਦਨ ਕਰਨੀ ਆ, ਆਪਣਾ ਵਾਇਬਲ ਉਹਨੇ ਯੂਨਿਟ ਬਣਾਉਣਾ। ਇੱਕ ਤਾਂ ਛੋਟੇ ਯੂਨਿਟ ਜਿਹੜੇ ਸਾਡੇ ਵੀਰਾਂ ਦੇ ਆ ਨਾ, ਉਹਨਾਂ ਨੂੰ ਆਪਸ ਦੇ ਵਿੱਚ ਮਿਲ ਕੇ 10-10, 15-15 ਕਿੱਲੇ ਦੀ ਖੇਤੀ ਬਣਾਉਣੀ ਚਾਹੀਦੀ ਆ, ਅਤੇ ਇੱਕ ਬੰਦਾ ਕਰੇ ਇੱਕ ਸਾਲ, ਦੂਜੇ ਜਾਂ ਜੋ ਵੀ ਉਹ ਸਿਸਟਮ ਬਣਾ ਲੈਣ, ਅਤੇ ਸੰਦ ਉਹਨਾਂ ਨੂੰ ਇੱਕੋ ਲਈ ਰੱਖਣਾ ਪਊਗਾ 15-20 ਕਿੱਲੇ ਲਈ। ਕਿੱਲੇ ਕਿਸੇ ਕੋਲ ਤਿੰਨ ਗੁਆਂਢੀ ਨੂੰ ਵੇਖ ਕੇ ਅਰਜਨ ਲਿਆ ਉਹਨੂੰ ਫਿਰਦਾ ਅਰਜਨ, ਉਹ ਗੱਲ ਮਾੜੀ ਆ। ਹੁਣ
ਫਿਰ ਲਾਈਫ ਸਟਾਕ ਜਿਹੜਾ ਆ ਗਾਂ ਮੱਝ ਸਿਰੇ ਦੀ ਹੋਣੀ ਚਾਹੀਦੀ। ਅੱਜ ਮੀਟਿੰਗ 'ਚ ਮੈਂ ਕਿਹਾ, ਮੈਂ ਕਿਹਾ ਜੀ ਮੈਨੂੰ ਤੁਸੀਂ ਡਿਪਾਰਟਮੈਂਟ ਇਹ ਗੱਲ ਦੱਸ ਦੇ ਕਿ ਕਹਿਣ ਨੂੰ ਅਸੀਂ ਮਿਲਕ ਪ੍ਰੋਡਕਸ਼ਨ 'ਚ ਇੱਕ ਨੰਬਰ 'ਤੇ ਤਾਂ ਨਹੀਂ ਰਹੇ, ਦੋ ਨੰਬਰ ਤੋਂ ਹੁਣ ਅਸੀਂ ਤਿੰਨ ਨੰਬਰ 'ਤੇ ਆ ਗਏ ਹਾਂ, ਹਰਿਆਣੇ ਨੂੰ ਫਿਰ ਅਸੀਂ ਅੱਗੇ ਹਾਂ। ਅਤੇ ਪੰਜਾਬ ਮੱਝਾਂ ਹਰਿਆਣੇ ਤੋਂ ਕਿਉਂ ਖਰੀਦ ਕੇ ਲੈ ਕੇ ਆਉਂਦਾ? ਪੰਜਾਬ 'ਚ ਮੱਝਾਂ ਦੇ ਸੀਮਨ ਹਰਿਆਣੇ ਤੋਂ ਕਿਉਂ ਆਉਂਦੇ ਆ? ਸਾਡੇ ਜ਼ਿਮੀਦਾਰ ਕਿਉਂ ਨਹੀਂ ਕਰ ਪਾਉਂਦੇ? ਗੱਲ ਹੈ ਵੀ ਸਾਡੇ ਜ਼ਿਮੀਦਾਰ ਨੇ ਆਪਣੀ ਨਸਲ ਨਹੀਂ ਸੁਧਾਰੀ, ਜਿਹੜੀ ਮੱਝਾਂ ਦੀ ਆ ਉਹ ਡਿਟੀਰੋਏਟ ਕਰਦੀ ਗਈ। ਹੁਣ ਮੈਂ ਆਹ ਗਾਂ ਦੀ ਗੱਲ ਕਰਦਾ ਸੀ ਜਿਹੜੀ ਫੋਟੋ, ਆਹ ਵੇਖੋ, ਇਹ ਗਾਂ ਨੇ 32 ਕਿਲੋ ਦੁੱਧ ਦਿੱਤਾ ਪਹਿਲੇ ਸੂਏ, ਔਰ ਜੇ ਕਿਤੇ 60 ਲੀਟਰ ਵਾਲੀ ਗਾਂ ਦੇ ਲੱਗ ਜਾਵੇ, ਉਹ ਲਾਉਣਗੇ ਇਸ ਸਾਲ, ਉਹਨਾਂ ਨੇ ਲਾਇਆ ਕੱਲ੍ਹ ਪਰਸੋਂ ਹੀ, ਔਰ ਇਸ ਗਾਂ ਇਹ ਗਾਂ ਵੀ ਫਿਰ ਔਰ ਉਹ ਫਿਰ 50-60 ਕਿਲੋ ਵਾਲੀ ਗਾਂ 50-60 ਕਿਲੋ ਤੋਂ ਚਾਲੂ ਹੋਏਗੀ। ਦੂਜੇ ਤੀਜੇ ਸੂਏ ਕੀ ਬਿਹੇਵੀਅਰ ਉਹਦਾ ਹੋਏਗਾ ਉਹ ਅਸੀਂ ਵਾਚ ਕਰਾਂਗੇ। ਹੁਣ ਇਹ ਪ੍ਰੋਜੈਕਟ ਆ, ਇਹ ਆਪਾਂ ਇਹ 'ਤੇ ਕੰਮ ਕਰ ਰਹੇ ਹਾਂ ਇੱਕ ਦੋ ਬੰਦਿਆਂ ਦੇ ਨਾਲ, ਔਰ ਇਸ ਮੇਲੇ 'ਤੇ 21, 22, 23 ਔਰ 24 ਮੇਲਾ ਸਾਡੇ ਝਿੜਕ ਸਾਡੇ ਫਾਰਮਰਸ ਨੇ ਇੱਕ ਨਵੀਂ ਐਸੋਸੀਏਸ਼ਨ ਬਣਾਈ ਆ, ਉੱਥੇ ਕਰ ਰਹੇ ਆ, ਉੱਥੇ ਦੇ ਪੋਸਟਰ ਵੀ ਲਾਵਾਂਗੇ, ਉੱਥੇ ਸੈਮੀਨਾਰ ਵੀ ਕੋਈ ਬੰਦੇ ਇਕੱਠੇ ਕਰਕੇ ਇਸ ਗੱਲ ਦਾ ਪ੍ਰਚਾਰ ਕਰਾਂਗੇ, ਤਾਂ ਕਿ ਸਾਡਾ ਜਾਨਵਰ ਦੁੱਧ ਵੱਧ ਦੇਵੇ ਅਤੇ ਬਿਮਾਰੀ ਉਹਨੂੰ ਘੱਟ ਹੋਵੇ। ਅਨਾਜ ਕਿਸਾਨ ਹੌਲੀ ਹੌਲੀ ਕਰਕੇ ਗਾਈਆਂ ਮੱਝਾਂ ਫਿਰ ਤੋਂ ਲਿਆਉਣ, ਬੱਕਰੀਆਂ ਔਰ ਸੂਰ ਇਸ ਪਾਸੇ ਨੂੰ ਵਧਣ, ਮੱਛੀਆਂ ਪਾਲਣ। ਬੱਕਰੀਆਂ ਸੂਰਾਂ ਦਾ ਧੰਦਾ ਹੀ ਕੋਈ ਵਧੀਆ ਨਹੀਂ, ਇੱਕ ਬੱਕਰੀ ਸਾਲ 'ਚ ਘੱਟੋ ਘੱਟ 6 ਬੱਚੇ ਦਿੰਦੀ ਆ, ਜੇ 6 ਬੱਚੇ ਸਾਲ 'ਚ ਪਲ ਜਾਂਦੇ ਆ। ਹਾਂਜੀ, ਇੱਕ ਬੰਦਾ ਬੈਂਕ 'ਚ ਲਗਾਇਆ ਸੀ ਮੈਨੂੰ। ਤੁਸੀਂ ਕੀ ਰੱਖਿਆ ਵੈਸੇ, ਕੀ ਰੱਖ ਕੇ ਵੇਖ ਲਿਆ? ਮੇਰੇ ਕੋਲ ਸਾਹੀਵਾਲ, ਥਾਰ ਪਾਰਕਰ, ਮੁਰਰਾ, ਨੀਲੀ ਰਾਵੀ ਗਾਵਾਂ, ਔਰ ਉੱਥੇ ਗੱਲ ਘੋੜਿਆਂ ਦੀ ਵੀ ਚੱਲੀ। ਮੈਂ ਕਿਹਾ ਯਾਰ ਰੇਸ ਕੋਰਸ ਹੋਣਾ ਚਾਹੀਦਾ। ਉਹ ਕਈ ਲੋਕ ਕਹਿੰਦੇ ਨਾ ਅਮੀਰਾਂ ਦਾ ਸ਼ੌਕ ਆ, ਯਾਰ ਸਾਡਾ ਬਾਬਾ ਗੁਰੂ ਗੋਬਿੰਦ ਸਿੰਘ, ਸਾਡਾ ਬਾਪੂ, ਸਾਡਾ ਪਿਓ, ਦੇਖੋ ਸਿਰੇ ਦਾ ਘੋੜਾ ਉੱਥੇ ਚੜ੍ਹਦੇ ਸੀ, ਤਿੱਲੇ ਵਾਲੀ ਜੁੱਤੀ ਪਾਉਂਦੇ ਸੀ, ਕੱਪੜੇ ਵੇਖੋ ਉਹਨਾਂ ਦੇ ਉਸ ਜ਼ਮਾਨੇ 'ਚ ਕਿੰਨੇ ਵਧੀਆ ਸੀ, ਸ਼ਸਤਰ ਵੇਖੋ ਕਿੰਨੇ ਵਧੀਆ ਸੀ, ਅਸੀਂ ਔਲਾਦ ਯਾਰ ਉਹਨਾਂ ਦੀਆਂ। ਅਤੇ ਅਸੀਂ ਕਹੀਏ ਘੋੜੇ ਨਹੀਂ ਚਾਹੀਦੇ, ਕਿਉਂ ਨਹੀਂ ਚਾਹੀਦੇ ਬਈ? ਨਸਲ ਦੇ ਘੋੜੇ ਹੋਣੇ ਚਾਹੀਦੇ, ਕਰੋੜ 1.25 ਕਰੋੜ ਰੁਪਈਏ ਦੇ ਘੋੜੇ ਵਿਕ ਰਹੇ ਆ। ਲੇਕਿਨ ਹੁਣ ਗੱਲ ਹੈ ਕਿ ਵੀ ਸਾਨੂੰ ਪ੍ਰਮੋਟ ਕਰਨਾ ਪਊਗਾ, ਜਿਹੜਾ ਜ਼ਿਮੀਦਾਰ ਹੈ ਗਾਈਆਂ ਰੱਖੇ, ਘੋੜੇ ਰੱਖੇ, ਘੋੜਿਆਂ 'ਚ ਬੜਾ ਪੈਸਾ, ਔਰ ਘੋੜਿਆਂ ਪੈਸਾ ਸਰਕਾਰ ਦੇ ਪਤਾ ਨਹੀਂ ਸਟਿਗਮਾ ਸਮਝਦੀ ਆ ਕਿ ਜੂਆ ਹੋ ਜਾਊਗਾ। ਯਾਰ ਬਾਹਰ ਵਾਲਿਆਂ ਨੇ ਆਉਣਾ ਜੂਏ 'ਤੇ ਖੇਡਣ, ਰੇਸ ਕੋਰਸ ਹੋਣਾ ਚਾਹੀਦਾ ਪੰਜਾਬ 'ਚ, ਰੇਸ ਕੋਰਸ ਹੋਣਾ ਚਾਹੀਦਾ। ਮੈਂ ਕਹਿ ਰਿਹਾ ਇਹ ਜੂਆ ਨਹੀਂ ਆ, ਅਮੀਰ ਬਾਹਰੋਂ ਆਉਣਗੇ, ਅੰਬਾਨੀ ਆਉਣਗੇ, ਅਡਾਨੀ ਆਉਣਗੇ ਅਤੇ ਪੈਸੇ ਰੇਸਾਂ 'ਚ ਲਾਉਣਗੇ, ਅਤੇ ਇਕੋਨਮੀ ਕਿਹਦੀ ਵਧੂਗੀ? ਫਾਰਮਰ ਨੂੰ ਕਿਹਦੇ ਨੂੰ ਫਾਇਦਾ ਹੋਊਗਾ? ਸਾਡੇ ਨੂੰ, ਪੰਜਾਬ ਦੇ ਨੂੰ। ਸੋ ਇਹ ਗੱਲਾਂ ਪ੍ਰਮੋਟ ਕਰਨੀਆਂ ਚਾਹੀਦੀਆਂ ਸਨ। ਜੇ ਪੰਜਾਬ ਦਾ ਕਿਸਾਨ ਹੁਣ ਸਹਾਇਕ ਧੰਦੇ ਵੱਲ ਵਧੇ, ਕਿਉਂਕਿ ਕਿਸੇ ਟਾਈਮ ਹੋਇਆ ਕਰਦੇ ਸੀ, ਉਹ ਕਲਚਰ ਹੁਣ ਨਹੀਂ ਰਿਹਾ, ਤਾਂ ਰਾਣਾ ਗੁਰਜੀਤ ਸਿੰਘ ਹੋਰਾਂ ਨੂੰ ਵੇਖ ਕੇ ਨਾ ਟੋਰ ਟੱਪਾ ਵੇਖ ਕੇ ਕਿਤੇ ਨਾ ਕਿਤੇ ਹੰਬਲਾ ਜ਼ਰੂਰ ਮਾਰਨਾ ਚਾਹੀਦਾ ਹੈ ਕਿ ਫਿਰ ਜੈਕਟ ਨਾਲ ਦੀ 50 ਇੱਕ ਆਮ ਕਿਸਾਨ ਵੀ ਜਿਹੜਾ ਹੈਗਾ ਲਾ ਸਕਦਾ ਹੈ। ਕਿਉਂਕਿ ਅਸੀਂ ਜਿਹੜੇ ਕਾਮਯਾਬ ਲੋਕਾਂ ਨੂੰ ਅੱਜ ਦੇਖਦੇ ਹਾਂ, ਸ਼ੁਰੂਆਤ ਕਿਤੇ ਨਾ ਕਿਤੇ ਉਹਨਾਂ ਨੇ ਵੀ ਕੀਤੀ, ਮਿੱਟੀ ਦੇ ਵਿੱਚ ਹਲ ਵਾਹੁਣ ਤੋਂ ਕੀਤੀ, ਤਾਂ ਇੱਕ ਸੁਨੇਹਾ ਦੇਣ ਦੀ ਕੋਸ਼ਿਸ਼ ਹੈ ਕਿ ਜੇ ਕਿਸਾਨ ਲਾਹੇਵੰਦ ਧੰਦਿਆਂ ਵਾਲੇ ਪਾਸੇ ਵਧੇਗਾ, ਆਪਣੇ ਨਾਲ ਸਹਾਇਕ ਧੰਦੇ ਲੈ ਕੇ ਚੱਲੇਗਾ, ਤਾਂ ਜ਼ਾਹਿਰ ਜੀ ਗੱਲ ਹੈ ਕਾਮਯਾਬੀ ਤਾਂ ਮਿਲੇਗੀ। ਖੇਤੀ ਦੇ ਨਾਲ ਪਸ਼ੂ ਪਾਲਣ ਜਾਂ ਫਿਰ ਹੋਰ ਕਿੱਤਾ ਜਿਹੜਾ ਹੈਗਾ ਉਹ ਜ਼ਰੂਰ ਸ਼ੁਰੂ ਕਰਨਾ ਪਏਗਾ, ਤਾਂ ਹੀ ਪੰਜਾਬ ਨੂੰ ਫਿਰ ਤੋਂ ਉਹੀ ਸੋਹਣਾ ਖੁਸ਼ਹਾਲ ਪੰਜਾਬ ਬਣਾਇਆ ਜਾ ਸਕਦਾ।
ਕੈਮਰਾਮੈਨ ਰਜਿੰਦਰ ਕੁਮਾਰ ਦੇ ਨਾਲ ਨਰਪਿੰਦਰ ਸਿੰਘ ਬਰਾੜ, ਨਿਊਜ਼ 18 ਚੰਡੀਗੜ੍ਹ।